ਜੋ ਕਬਰੇイト ਬਾਦ ਆਪਾਂ ਤੁਹਾਨੂੰ ਸਭ ਨੂੰ ਜਿਆ ਕਹਿੰਦੇ ਆ ਸੋ ਵੀਵਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਆ ਕਿ ਚੀਨ ਕੁਆਡ ਅਤੇ ਆਕਸ ਤੇ ਸਬੰਧ ਵਿੱਚ ਅਮਰੀਕਾ ਨੂੰ ਤਾਂ ਤਤੀਆਂ ਤਤੀਆਂ ਸੁਣਾਉਂਦਾ ਹੀ ਰਹਿੰਦਾ ਹੈ ਪਰ ਹੁਣ ਉਸ ਨੇ ਭਾਰਤ ਵੱਲ ਵੀ ਕੈਰੀ ਅੱਖ ਕੀਤੀ ਹੈ ਉਸ ਨੇ ਕਿਹਾ ਹੈ ਕਿ ਕੁਆਡ ਦੀ ਚੰਡਾਲ ਚੌਂਕੜੀ ਸਾਡੇ ਖਿੱਤੇ ਵਿੱਚ ਖਾਨਾ ਜੰਗੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਹੀ ਬੜੇ ਰਹਿਣਾ ਦੇਖਣ ਸੁਣਨ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਵੈਸੇ ਤਾਂ ਇੰਡੀਆ ਜਿਵੇਂ ਨਾਨ ਅਲਾਈਨਮੈਂਟ ਤੋਂ ਨਿਕਲ ਕੇ ਅਮਰੀਕਾ ਦੀ ਕਾਚ ਵੜਿਆ ਉਸ ਦਾ ਜ਼ਿਕਰ ਅਸੀਂ ਅਕਸਰ ਕਰਦੇ ਰਹਿੰਦੇ ਹਾਂ ਪਰ ਇੱਕ ਉਹ ਸਿਚੁਏਸ਼ਨ ਵੀ ਬਣ ਜਾਂਦੀ ਹੈ ਜਿਸ ਬਾਰੇ ਇਹ ਲਫ਼ਜ਼ ਕਿਹਾ ਜਾਂਦਾ ਹੈ ਕਿ ਗੁਨਾਹੇ ਬੇਲज्जਤ ਕਿ ਗੁਨਾਹ ਵੀ ਕੀਤਾ ਤੇ ਸਵਾਦ ਵੀ ਨਾ ਆਇਆ ਜੀ ਹੁਣ ਇੰਡੀਆ ਦਾ ਜੋ ਹਾਲ ਮੋਦੀ ਨੇ ਅਮਰੀਕਾ ਦੀ ਕਾਸ਼ ਚ ਵੜ ਕੇ ਜਿਸ ਚੋਂ ਬਾਅਦ ਵਿੱਚ ਕੁਆਡ ਅਲਾਈਅੰਸ ਵੀ ਨਿਕਲਦਾ ਹੈ ਜਿਹਦੇ ਵਿੱਚ ਅਮਰੀਕਾ ਇੰਡੀਆ ਆਸਟ੍ਰੇਲੀਆ ਆ ਜਾਪਾਨ ਇਹ ਅਗੇਨਸਟ ਚਾਈਨਾ ਇੱਕ ਫਰੰਟ ਖੜਾ ਕੀਤਾ ਜਾਂਦਾ ਹੈ ਕੁਆਡ ਦੇ ਥੱਲੇ ਜਿਹਨੂੰ ਰਸ਼ੀਆ ਏਸ਼ੀਆਜ਼ ਨੇਟੋ ਕਹਿੰਦਾ ਪਰ ਇੰਡੀਆ ਦੀ ਕਾਰਗੁਜ਼ਾਰੀ ਦੇਖ ਕੇ ਜੋ ਗਲਵਾਨ ਦੇ ਵਿੱਚ ਟਕਰਾਅ 2020 ਚ ਹੁੰਦਾ ਹੈ ਔਰ ਅਦਰਵਾਇਜ਼ ਅਮਰੀਕਾ ਇਧਰ ਨੂੰ ਡ੍ਰੌਪ ਕਰਕੇ ਫਿਰ ਓਕਸ ਬਣਾ ਲੈਂਦਾ ਜਿਹਦੇ ਵਿੱਚ ਆਸਟ੍ਰੇਲੀਆ ਯੂਕੇ ਔਰ ਅਮਰੀਕਾ ਹੈ ਔਰ ਤਾਜ਼ਾ ਤਾਜ਼ਾ ਮੀਟਿੰਗ ਆਸਟ੍ਰੇਲੀਆ ਚ ਕੁਆਡ ਦੀ ਹੋਈ ਹਾਲਾਂਕਿ ਆ ਗਿਆ ਜਿਹੜੀ ਵੈਕਸੀਨੇਸ਼ਨ ਕੋਵਿਡ ਦੀ ਔਰ ਟੈਕਨੋਲੋਜੀ ਤੇ ਇਹ ਉਹ ਫੌਜੀ ਨਹੀਂ ਹੈ ਲੇਕਿਨ ਹੁਣ ਕੜੀਸਿਆ ਤਾਂ ਗਿਆ ਭਾਰਤ ਵੀ ਅਮਰੀਕਾ ਨੂੰ ਵੀ ਲੱਗਦਾ ਹੈ ਵੀ ਚਲੋ ਇਹਨਾਂ ਨੂੰ ਖੁਸ਼ ਕਰਨ ਲਈ ਵਕਤਨ ਬਾਅਦ ਵਕਤਨ ਕੋ ਮਾੜੀ ਮੋਟੀ ਬਿਆਨਬਾਜ਼ੀ ਕਰ ਲੋ ਹਾਲਾਂ ਇੰਡੀਆ ਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਸੀ ਕਿ ਭਾਈ ਇਸ ਮੁੱਦੇ ਦੇ ਉੱਤੇ ਜੇ ਚਾਈਨਾ ਦੇ ਨਾਲ ਬਾਰਡਰ ਦੇ ਟਕਰਾਅ ਨੂੰ ਲੈ ਕੇ ਭਾਰਤ ਦੀ ਪੋਜੀਸ਼ਨ ਨੂੰ ਕਦੇ ਅਮਰੀਕਾ ਨੇ ਓਪਨਲੀ ਸਪੋਰਟ ਵੀ ਨਹੀਂ ਕੀਤਾ ਇਹਨਾਂ ਨੇ ਉਹਨੇ ਕਿਹਾ ਜੀ ਕਿ ਵੀ ਇਹ ਚਾਈਨਾ ਬਾਰੇ ਕਿ ਜੀ ਉਹ ਜਿਹੜਾ ਉਹ ਇੰਟੀਮੀਡੇਟਿੰਗ ਹੈ ਤੇ ਫਰਾਨਾ ਟਮਕ ਹੈ ਲੇਕਿਨ ਕਦੇ ਵੀ ਉਹਨਾਂ ਨੇ ਕਿ ਜੀ ਨਹੀਂ ਹੈ ਇੰਡੀਆ ਕਿਉਂਕਿ ਉਹ ਤਾਂ ਮੋਦੀ ਖੁਦ ਹੁਣ ਇੱਕ ਪਾਸੇ ਤੁਸੀਂ ਅਮਰੀਕਾ ਦੀ ਛਤਰਛਾਇਆ ਥੱਲੇ ਜਾ ਕੇ ਤੁਸੀਂ ਸਮਝਦੇ ਹੋ ਕਿ ਵੀ ਤੁਸੀਂ ਚਾਈਨਾ ਨੂੰ ਕਾਊਂਟਰ ਕਰੋਗੇ ਦੂਸਰੇ ਪਾਸੇ ਤੁਹਾਡੇ ਅੰਦਰੋਂ ਇਨਾ ਖੌਫ ਹੀ ਨਹੀਂ ਨਿਕਲ ਸਕਿਆ ਕਿ ਤੁਸੀਂ ਚੀਨ ਲਫ਼ਜ਼ ਵੀ ਅਟਰ ਕਰਕੇ ਕਹੋ ਕਿ ਚੀਨ ਨੇ ਜਿਹੜਾ ਉਹ ਤੁਹਾਡਾ ਉਹ ਡੈਪ ਸੌਂਗ ਹੈ ਪੈਂਗੋਂਗ ਸੋ ਲੈਕ ਹੈ ਲਦਾਖ ਹੈ ਸਾਊਥ ਤਿੱਬਤ ਹੈ ਅਰੂਨਾਚਲ ਉਸ ਦੇ ਵਿੱਚ ਉਹਨੇ ਪੇਸ਼ਕਦਮੀ ਕੀ ਗਲਵਾਨ ਵੈਲੀ ਹੈ ਉਤਾ ਉਹਦਾ ਸਿਰਾ ਦੋਨੋਂ ਪਾਸੇ ਉਹਨਾਂ ਦਾ ਕਬਜ਼ਾ ਹੈ ਇਹਦੇ باوجود ਜਦੋਂ ਅਮਰੀਕਾ ਨੇ ਇਹ ਸਾਰਾ ਆਸਟ੍ਰੇਲੀਆ ਵਾਲੇ ਚੋਂ ਦਾ ਜੁਆਇੰਟ ਸਟੇਟਮੈਂਟਸ ਵੀ ਚਾਈਨਾ ਦਾ ਨਾਮ ਤੱਕ ਨਹੀਂ ਸੀ ਲੇਕਿਨ ਇਹ ਦੱਸਣ ਲਈ ਕਿ ਜੇ ਭਾਰਤ ਨੂੰ ਥਾਪੀ ਵੀ ਕਿ ਸਾਡੀ ਅਹਿਮੀਅਤ ਹੈ ਕੱਲ ਵਾਈਟ ਹਾਊਸ ਦੀ ਜਿਹੜੀ ਉਹਨਾਂ ਦੀ ਪ੍ਰਿੰਸੀਪਲ ਡੈਪਟੀ ਪ੍ਰੈਸ ਸੈਕਟਰੀ ਹੈ ਕੈਰਨ ਜੀਨ ਪੀਅਰ ਉਹ ਵਾਈਟ ਹਾਊਸ ਚੁਨੇ ਪੱਤਰਕਾਰਾਂ ਨਾਲ ਗੱਲ ਕਰਦੇ ਆ ਕਿਹਾ ਕਿ ਵੀ ਰੈਕਗਨਾਈਜ਼ਡ ਥੈਟ ਇੰਡੀਆ ਇਜ਼ ਇਜ਼ ਅ ਲਾਈਕ ਮਾਈਂਡਡ ਪਾਰਟਨਰ ਐਂਡ ਲੀਡਰ ਇਨ ਸਾਊਥ ਏਸ਼ੀਆ ਐਂਡ ਇੰਡੀਅਨ ਓਸ਼ੀਅਨ ਐਕਟਿਵ ਇਨ ਐਂਡ ਕਨੈਕਟਡ ਟੂ ਸਾਊਥ-ਈਸਟ ਏਸ਼ੀਆ ਏ ਡਰਾਈਵਿੰਗ ਫੋਰਸ ਆਫ ਕੁਆਡ ਐਂਡ ਐਨ ਇੰਜਨ ਫਾਰ ਰੀਜIONAL ਗਰੋਥ ਐਂਡ ਡਿਵੈਲਪਮੈਂਟ ਹੁਣੇ ਉਹੀ ਨੇ ਵਿਸ਼ੇਸ਼ਣ ਜਿਵੇਂ ਅੰਗਰੇਜ਼ ਜਿਹੜੇ ਉਹਨਾਂ ਦੇ ਜ਼ਰ ਖਰੀਦ ਬਣ ਜਾਂਦੇ ਸੀ ਕੁੱਤੇ ਰਾਜੇ ਮਹਾਰਾਜੇ ਉਹਨਾਂ ਨੂੰ ਉਹ ਟਾਈਟਲ ਦਿੰਦੇ ਸੀ ਮਹਾਰਾਜਾ ਦੇ ਰਾਜ ਕੋਈ ਹੋਰ ਉਹਦੇ ਨਾਲ ਜਦੋਂ ਕੋਈ ਹੋਰ ਉਹਨਾਂ ਦੀ ਖਿਦਮਤ ਕਰਦਾ ਸੀ ਤਾਂ ਇੱਕ ਖਿਤਾਬ ਉਹਨਾਂ ਨੂੰ ਹੋਰ ਲਾ ਦਿੰਦੇ ਸੀ ਪਤਾ ਨਹੀਂ ਕਿੰਨੇ ਹੀ ਉਹਨਾਂ ਦੇ ਤੁਸੀਂ ਦੇਖੋ ਤੇ ਉਹ ਵੀ ਖੁਸ਼ ਹੁੰਦੇ ਸੀ ਆਪਣੇ ਨਾਮ ਨਾਲ ਲਿਖਦੇ ਸੀ ਕਿ ਸਾਨੂੰ ਲਾਟ ਸਾਹਿਬ ਨੇ ਹੁਣ ਜਿਹੜਾ ਆ ਕਹਾਵਤ ਦਤੈ। ਸੋ ਹੁਣ ਇਹ ਜਿਹੜੀ ਸਟੇਟਮੈਂਟ ਹੈ ਅਦਰਦੈਨ ਕਿ ਭਾਈ ਜਿੱਥੇ ਪੰਗਾ ਪਿਆ ਹੋਇਆ ਉੱਥੇ ਤੁਸੀਂ ਨਾਲ ਕੀ ਉੱਥੇ ਆਪਣੀ ਫੌਜ ਭੇਜੋਗੇ ਭਾਰਤ ਨੂੰ ਡਿਫੈਂਡ ਕਰਨ ਲਈ ਤੁਸੀਂ ਤਾਂ ਵਰਬਲੀ ਵੀ ਜਿਹੜਾ ਹੈ ਉਸ ਕਿਸਮ ਦੀ ਲਾਈਨ ਹੈ ਪਰ ਉੱਥੇ ਉਹਨਾਂ ਨੇ ਇੰਡੀਆ ਨੂੰ ਇਹ ਕਿਹਾ ਕਿ ਜੀ ਸਾਡਾ ਲਾਈਕ ਮਾਈਂਡਡਡ ਪਾਰਟਨਰ ਹੈ ਇੰਡੀਅਨ ਓਸ਼ੀਅਨ ਚ ਲੀਡਰ ਹੈ ਸਾਊਥ ਏਸ਼ੀਆ ਦਾ ਜਿਵੇਂ ਹੁਣ ਭਾਰਤ ਆਪਣੇ ਆਪ ਨੂੰ ਕਹਿੰਦਾ ਅਸੀਂ ਵਿਸ਼ਵ ਗੁਰੂ ਆਤਮ ਨਿਰਭਰ ਭਾਰਤ ਹਮੇ ਬਣੀ ਜੋ ਕਾਦੇ ਗੁਰੂ ਹੋ ਤੁਸੀਂ ਭਈ ਜੀ ਹੇ ਲੇਕਿਨ ਹੁਣ ਤੁਸੀਂ ਜੇ ਆਪਣੇ ਆਪ ਨੂੰ ਹੀ ਪਿੱਠ 'ਚ ਥਾਪੀ ਦਈ ਜਾਣੀ ਹੈ ਤੇ ਇਹ ਕਹੀ ਜਾਣਾ ਹੈ ਕਿ ਵੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਜੀਣ ਮਾਪੇ ਉਹ ਤੁਸੀਂ ਕੁਝ ਕਰ ਨਹੀਂ ਸਕਦੇ ਹੁਣ ਇਹੀ ਤੇ ਉਹਨਾਂ ਨੇ ਜੇ ਤੁਸੀਂ ਲੀਡਰ ਸਾਊਥ ਏਸ਼ੀਆ ਦੇ ਇਹ ਡਰਾਈਵਿੰਗ ਫੋਰਸ ਆਫ ਦਾ ਕੁਆਡ ਡਰਾਈਵਰ ਦੀ ਸੀਟ ਤੇ ਕੌਣ ਬੈਠਾ ਹੈ ਵੀ ਜੇ ਡਰਾਈਵਿੰਗ ਫੋਰਸ ਹੀ ਹੁੰਦੇ ਤੇ ਤੁਸੀਂ ਔਕਸ ਕਿਉਂ ਬਣਾਇਆ ਕੁਆਡ ਨੂੰ ਹੀ ਕਿਉਂ ਨਹੀਂ ਮਿਲਟਰੀ ਅਲਾਈਅੰਸ ਦੇ ਵਿੱਚ ਕਨਵਰਟ ਕੀਤਾ ਔਰ ਇਸ ਸਾਰੇ ਤੋਂ ਬਾਅਦ ਹੁਣ ਜਦੋਂ ਅਮਰੀਕਾ ਨੇ ਤਾਂ ਆਪਣੇ ਵੱਲੋਂ ਕੀਤਾ ਪਰ ਉਹ ਉਹਦਾ ਇਹ ਹੈ ਕਿ ਵੀ ਕਰ ਕੋਈ ਰਿਆ ਹੁੰਦਾ ਚਪੇੜ ਕਿਸੇ ਨੂੰ ਵੱਜਦੇ ਹੁਣ ਤੱਕ ਚਾਈਨਾ ਜਦੋਂ ਕੁਆਡ ਦੇ ਉੱਤੇ ਰਿਐਕਟ ਕਰਦਾ ਸੀ ਉਹਨਾਂ ਨੇ ਅਮਰੀਕਾ ਨੂੰ ਤਾਂ ਸਿੱਧੇ ਸਿੱਧੇ ਹੱਥੀ ਲੈਂਦੇ ਸੀ ਪੂਰਾ ਇੰਡੀਆ ਬਾਰੇ ਉਹ ਘੋਲ ਕਰ ਜਾਂਦਾ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਵੀ ਇੰਡੀਆ ਖੁੱਲ ਕੇ ਅਮਰੀਕਾ ਦੇ ਨਾਲ ਜਾਏ ਉਹਨੂੰ ਉਹਨਾਂ ਕੋ ਥੋੜਾ ਜਿਹਾ ਦੇ ਦੰਦੇ ਸੀ ਥੋੜੀ ਜਿਹੀ ਰਾਤ ਕਿ ਵੀ ਡਾਇਰੈਕਟਲੀ ਇੰਡੀਆ ਦੇ ਉੱਤੇ ਓਵਰਆਲ ਕੁਆਡ ਨੂੰ ਉਹ ਲੈਂਦੇ ਸੀ ਪਰ ਹੁਣ ਅੱਜ ਜਿਹੜੀ ਇਸ ਸਟੇਟਮੈਂਟ ਤੋਂ ਬਾਅਦ ਕਿ ਜੀ ਇਹ ਡਰਾਈਵਿੰਗ ਇੰਜਨ ਤੇ ਫਲਾਣਾ ਟਮਕਾ ਚਾਈਨਾ ਸੇਜ਼ ਕੁਆਡ ਆਕਸ ਆਰ ਕਲੀਕਸ ਇਨ ਯੂ ਐਸ ਇੰਡੋ ਪੈਸਿਫਿਕ ਸਟ੍ਰੈਟਜੀ ਚਾਈਨਾ ਇਨੀਸ਼ੀਅਲੀ ਡਿਸਮਿਸਡ ਕੁਆਡ ਐਸ ਸੀ ਫੋਰਮ ਬਟ ਹੈਜ਼ ਰੀਸੈਂਟਲੀ ਸਟੈਪਡ ਅਪ ਇਟਸ ਕ੍ਰਿਟਿਸਿਜ਼ਮ ਆਫ ਦਾ ਗਰੂਪਿੰਗ ਚੀਨੇ ਵੀ ਕਹਿਆ ਸੀ ਕਿ ਵੀ ਇਹ ਤਾਂ ਸਮੁੰਦਰ ਦੀ ਝੱਗ ਵਾਂਗ ਹੈ ਦਾ ਕੋਈ ਮੌਜੂਦ ਨਹੀਂ ਪਰ ਹੁਣ ਅੱਜ ਉਹਨਾਂ ਨੇ ਕਲੀਕਸ ਉਹ ਚੰਡਾਲ ਚੌਂਕੜੀ ਹੁੰਦਾ ਕਿ ਵੀ ਇਹ ਅਮਰੀਕਾ ਦੇ ਜ਼ਰ ਖਰੀਦ ਔਰ ਇਸ ਕਿਸਮ ਦੇ ਨੇ ਔਰ ਚਾਈਨਾ ਹੈਜ਼ ਇਕੁਏਟਡ ਦਾ ਇੰਡੀਆ ਯੂ ਐਸ ਆਸਟ੍ਰੇਲੀਆ ਜਾਪਾਨ ਕੁਆਡ ਗਰੂਪਿੰਗ ਵਿਦ ਆਉਕਸ ਡਿਫੈਂਸ ਪੈਕਟ ਕਾਲਿੰਗ ਬੋਥ ਐਕਸਕਲੂਸਿਵ ਕਲੀਕਸ ਪਾਰਟ ਆਫ ਦਾ ਬਾਈਡਨ ਐਡਮਿਨਿਸਟ੍ਰੇਸ਼ਨਸ ਇਲ ਇੰਟੈਂਸ਼ਨਲ ਇੰਡੋ ਪੈਸਿਫਿਕ ਸਟ੍ਰੈਟਜੀ ਇਹ ਹਾਲਾਂ ਚ ਚਾਈਨੀਜ਼ ਅੰਡਰਸਟੇਟਮੈਂਟ ਦੰਦੇ ਨੇ ਬਟ ਇਹ ਬੜੀ ਸਟਰੋਂਗ ਸਟੇਟਮੈਂਟ ਹੈ ਕਿ ਅਭੀ ਐਕਸਕਲੂਸਿਵ ਇਹ ਉਹਨਾਂ ਦੇ ਪੱਕੇ ਜਿਹੜੇ ਨੇ ਉਹ ਚੰਡਾਲ ਚੌਂਕੜੀ ਦਾ ਹਿੱਸਾ ਬਣੇ ਨੇ ਔਰ ਇਹ ਇਨ ਇੰਟੈਂਸ਼ਨਡ ਹੈ ਕਿ ਜਿਹੜੀ ਨੀਅਤ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਅਮਰੀਕਾ ਦੀ ਉਹ ਮਾੜੀ ਹੈ ਜ਼ਾਹਰ ਹੈ ਸਾਊਥ ਚਾਈਨਾ ਸੀ ਇੰਡੋ ਪੈਸਿਫਿਕ ਸਾਰੇ ਨੂੰ ਦਾ ਕਮੈਂਟਸ ਫਰਮ ਦਾ ਬੀਜਿੰਗ ਥਿਸ ਵੀਕ ਔਰ ਇੰਡੀਅਨ ਮੀਡੀਆ ਨੂੰ ਰਿਪੋਰਟ ਕਰ ਰਿਹਾ ਹਾਂਗਕਾਂਗ ਡੈਟ ਲਾਈਨ ਤੋਂ ਕਮੈਂਟਸ ਫਰਮ ਬੀਜਿੰਗ ਥਿਸ ਵੀਕ ਆਰ ਦਾ ਫਰਸਟ ਟਾਈਮ ਥੈਟ ਇਟ ਹੈਜ਼ ਐਕਸਪਲਿਸਿਟਲੀ ਇਕੁਏਟਡ ਦਾ ਦਾ ਕੁਆਡ ਹੂਜ਼ ਮੈਂਬਰਸ ਸਟ੍ਰੈਸ ਥੈਟ ਇਟਸ ਨਾਟ ਅ ਮਿਲਟਰੀ ਅਲਾਈਅੰਸ ਵਿਦ ਦਾ ਆਰਕਸ ਡਿਫੈਂਸ ਪੈਕਟ and reflect recently stepped up criticism from beijing targeting the four countries ke pehli vaar charan nu equally target kita hai aur quad nu unanne us jeda quad nu non military alliance kande ne unnu china ne ocus jeda ke military alliance ode naal create kita hai aur eh is to pehla aur akla hi nahi unadi foreign ministry ne naal de naal indian foreign minister nu bhi criticize kita hai ਔਰ ਉਹਨਾਂ ਦਾ ਕਹਿਣਾ ਹੈ ਵਾਟਸ ਦਾ ਯੂ ਐਸ ਸੇਜ਼ ਇਨ ਇਟਸ ਇੰਡੋ ਪੈਸਿਫਿਕ ਸਟ੍ਰੈਟਜੀ ਇਸ ਡਿਫਰੈਂਟ ਫਰਮ ਵਾਟ ਇਜ਼ ਐਕਚੁਅਲੀ ਡੂਇੰਗ ਕਿ ਕੈਨ ਨੂੰ ਇਹ ਕਹਿ ਰਹੇ ਨੇ ਜੀ ਅਸੀਂ ਟੈਕਨੋਲੋਜੀ ਕੋਵਿਡ ਹਿਊਮੈਨਿਟਰੀਅਨ ਕਾਜ਼ ਪਰ ਉਹਨਾਂ ਨੇ ਕਿਹਾ ਵੀ ਇਹ ਕਹਿ ਕੁਛ ਰਹਿ ਨੇ ਕਰ ਕੁਛ ਹੋ ਰਹਿ ਨੇ ਦਾ ਯੂ ਐਸ ਕਲੇਮਸ ਟੂ ਹੈਵ ਐਡਵਾਂਸ ਫਰੀडम ਐਂਡ ਓਪਨਨੈਸ ਇਨ ਦਾ ਰੀਜਨ ਕਿ ਜੀ ਅਸੀਂ ਤਾਂ ਫਰੀडम অর ਓਪਨਨੈਸ ਰੀਜ ਬਟ ਇਜ਼ ਬਟ ਇਜ਼ ਇਨ ਫੈਕਟ ਫਾਰਮਿੰਗ ਐਨ ਐਕਸਕਲੂਸਿਵ ਕਲੀਕ ਥਰੂ ਔਕਸ ਐਂਡ ਕੁਆਡ ਇਹ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਚਾਈਨੈਸ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਮਿਸਟਰ ਵੈਂਗ ਵੈਨਬਿਨ ਨੇ ਕਿਹਾ ਕਿ ਭਾਈ ਇਹ ਜਿਹੜਾ ਔਰ ਇਹਦਾ ਨਤੀਜੇ ਕੀ ਹੋਣਗੇ ਉਹਨਾਂ ਨੇ ਵਾਰਨ ਕੀਤਾ ਇਟ ਅਸਰਟਸ ਟੂ ਸਟਰੈਂਥਨ ਰੀਜਨਲ ਸਕਿਉਰਿਟੀ ਬਟ ਇਜ਼ ਜਨਰੇਟਿੰਗ ਗ੍ਰੇਵ ਨਿਊਕਲੀਅਰ ਪ੍ਰੋਲੀਫਰੇਸ਼ਨ ਰਿਸਕਸ ਕਿ ਜੋ ਅਮਰੀਕਨ ਔਰ ਇਹ ਚੰਡਾਲ ਚੌਂਖੜੀ ਕੁਆਡ ਦੀ ਨੀਤੀ ਹੈ ਇਹ ਇਸ ਖੇਤੇ ਦੇ ਵਿੱਚ ਨਿਊਕਲੀਅਰ ਪ੍ਰੋਲੀਫਰੇਸ਼ਨ ਨਿਊਕਲੀਅਰ ਹਥਿਆਰਾਂ ਦੇ ਫਲਾ ਨੂੰ ਪ੍ਰੋਸਾਨ ਐਨਕਰੇਜ ਕਰਨ ਦੀ ਗੱਲ ਹੈ दैट वुड ਅੰਡਰਮਾਈਨ ਰੀਜIONAL ਪੀਸ ਐਂਡ ਸਟੇਬਿਲਟੀ ਇਸ ਖੇਤਰ ਦੀ ਦੇ ਵਿਚਲੇ ਅਮਨ ਔਰ ਸਥਿਰਤਾ ਉਹਨਾਂ ਦੋਨਾਂ ਦੇ ਲਈ ਇਹ ਚੈਲੰਜ ਹੋਏਗਾ ਔਰ ਉਹਨਾਂ ਨੇ ਕਿਹਾ ਵੀ ਇਹੀ ਕੋਲਡ ਵਾਰ ਮੈਂਟੈਲਿਟੀ ਜਿਹੜੀ ਸੀ ਉਹਨੂੰ ਇੱਥੇ ਲਿਆ ਕੇ ਇਹਨਾਂ ਨੇ ਬਿਠਾ ਦਿੱਤਾ ਔਰ ਇਹ ਕੋਈ ਨਵਾਂ ਨਹੀਂ ਹੈ ਇਹ ਤਾਂ ਇਹਨਾਂ ਦੀ ਹਿੱਸਾ ਹੀ ਹੈ ਸਟ੍ਰੈਟਜੀ ਦਾ ਪਰ ਇਸ ਖਿੱਤੇ ਦੇ ਵਿੱਚ ਜਿਹੜਾ ਇਹ ਨਿਊਕਲੀਅਰ ਪ੍ਰੋਲੀਫਰੇਸ਼ਨ ਨੂੰ ਵੀ ਵਧਾਏਗਾ ਔਰ ਅਨ ਸਟੇਬਲ ਕਰੇਗਾ ਸੋਸੀ ਸਮਝਦੇ ਕਿ ਭਾਈ ਇਹਨੂੰ ਕਹਿੰਦੇ ਨੇ ਬੈਠੇ ਆ ਸੁੱਤੇ ਆ ਮੁਸੀਬਤ ਨੂੰਵਾਜਾ ਮਾਰਨੀ ਆ ਇੰਡੀਆ ਦੇ ਲਈ ਕੋਈ ਜ਼ਰੂਰੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਖੁੱਲ ਕੇ ਜਿਹੜਾ ਇਹ ਸਾਰੇ ਦੇ ਵਿੱਚ ਵੜਦਾ ਔਰ ਐਂਟਾਈ ਚਾਇਨਾ ਜਿਹੜਾ ਉਹ ਲਾਈਨ ਲੈਂਦਾ ਹੁਣ ਤਾਂ ਫਿਰ ਇਹੀ ਹੈ ਕਿ ਭਾਈ ਕੀ ਉਹਨੂੰ ਕਹਿੰਦੇ ਨੇ ਵੀ ਆਪੇ ਫਾਥੜੀਏ ਤੈਨੂੰ ਕੌਣ ਛੜਾਏ ਸलाम ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਕਿ ਤੁਸੀਂ ਜਾਂ ਸਲਾਮ ਕਰੋ ਜਾਂ ਜਵਾਬ ਵੀ ਕਰੋ ਇੱਕੋ ਵੇੜੇ ਦੋਨੋਂ ਕਰਕੇ ਫਿਰ ਹੁੰਦਾ ਵੀ ਜੜਛੋਈ ਕੱਟਿਆ ਜਾਂਦਾ ਸੋ ਭਾਰਤ ਦਾ ਇਹੀ ਹਸ਼ਰ ਹੈ ਜੀ ਰਾਜ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਥ ਲੈਣੇ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਰੇਟ